ਹਾਂਜੀ ਸਤਿ ਸ਼੍ਰੀ ਅਕਾਲ ਜੀ। ਸ਼ੋਰਟਹੈਂਡ ਦੇ ਵਿੱਚ ਸਰਟੀਫਿਕੇਟ ਦੀ ਕੀ ਵੈਲਿਊ ਆ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ। ਕਾਫੀ ਸਟੂਡੈਂਟਾਂ ਦੀ ਮੈਨੂੰ ਕਾਲ ਆਉਂਦੀ ਸਰ ਵੀ ਤੁਹਾਡੇ ਕੋਈ ਸਟੂਡੈਂਟ ਘਰ ਪੜ੍ਹ ਰਹੇ ਆ ਜਾਂ ਇਸ ਤਰ੍ਹਾਂ ਦੇ ਕਿਸੇ ਟਿਊਸ਼ਨ ਵਿੱਚ ਪੜ੍ਹ ਰਹੇ ਜਿੱਥੇ ਸਰਟੀਫਿਕੇਟ ਇਸ਼ੂ ਨਹੀਂ ਕਰ ਸਕਦਾ ਕੋਈ ਵੀ ਟੀਚਰ, ਕਿਹੜੇ ਜੋਬ ਸਟੈਂਡ ਨੂੰ ਲੱਗੇ ਹੋਏ ਆ ਆਪਦੇ ਘਰਾਂ ਵਿੱਚ ਸ਼ਾਮ ਨੂੰ ਪੜ੍ਹਾ ਰਹੇ ਆ ਉਹ ਸਰਟੀਫਿਕੇਟ ਇਸ਼ੂ ਨਹੀਂ ਕਰ ਸਕਦੇ, ਉਹਨਾਂ ਦੇ ਸਟੂਡੈਂਟ ਫਿਰ ਸਾਨੂੰ ਕਾਲ ਕਰਦੇ ਆ ਵੀ ਸਰ ਅਸੀਂ ਸਾਨੂੰ ਸਰਟੀਫਿਕੇਟ ਚਾਹੀਦਾ ਹੈਗਾ, ਅਸੀਂ ਸਰਟੀਫਿਕੇਟ ਕਿਵੇਂ ਲੈ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਦਿਮਾਗ ਵਿੱਚ ਪਰਮਾਨੈਂਟਲੀ ਬਿਠਾ ਲਓ ਵੀ ਸ਼ਾਰਟ ਹੈਂਡ ਵਾਸਤੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ। ਭਾਵੇਂ ਆਪਾਂ ਭਾਸ਼ਾ ਭਾਗ ਸਾਰੇ ਜ਼ਿਲ੍ਹਿਆਂ ਵਿੱਚ ਹੈਗੇ ਉੱਥੋਂ ਕਰਦੇ ਪਏ ਹਾਂ, ਭਾਵੇਂ ਆਪਾਂ ਪੰਜਾਬ ਦੇ ਜਿੰਨੀਆਂ ਆਈਟੀਆਈ ਹੈਗੀਆਂ ਉਹਨਾਂ ਵਿੱਚ ਸ਼ਾਰਟ ਹੈਂਡ ਦਾ ਕੋਰਸ ਹੁੰਦਾ ਉਹ ਵੀ ਸਰਟੀਫਿਕੇਟ ਇਸ਼ੂ ਕਰਦੇ ਆ, ਉਹ ਸਰਟੀਫਿਕੇਟ ਹੈਗੇ ਆ, ਜਾਂ ਪਲੱਸ ਟੂ ਦੇ ਵਿੱਚ ਵੋਕੇਸ਼ਨਲ ਦੇ ਨਾਲ ਸ਼ਾਰਟ ਹੈਂਡ ਜਿਹੜੇ ਸਟੂਡੈਂਟ ਕਰ ਰਹੇ ਆ ਉਹਨਾਂ ਕੋਲ ਸਰਟੀਫਿਕੇਟ ਹੁੰਦੇ ਆ ਸ਼ਾਰਟ ਹੈਂਡ ਦੇ। ਜਿਹੜੇ ਸਾਡੇ ਵਰਗੇ ਜਿਹੜੇ ਇੰਸਟੀਟਿਊਟਾਂ ਵਿੱਚ ਪ੍ਰਾਈਵੇਟ ਸੈਂਟਰਾਂ ਵਿੱਚ ਪੜ੍ਹਦੇ ਆ ਉਹਨਾਂ ਕੋਲ ਅਥਾਰਟੀ ਹੁੰਦੀ ਆ, ਆਈਐਸਓ ਅਪਰੂਵਡ ਹੁੰਦੇ ਆ, ਵੱਖ ਵੱਖ ਅਥਾਰਟੀਆਂ ਹੁੰਦੀਆਂ ਜਿਨ ਤੋਂ ਉਹ ਅਪਰੂਵਡ ਹੁੰਦੇ ਆ, ਉਹਨਾਂ ਦੇ ਸਰਟੀਫਿਕੇਟ ਵੀ ਉਹ ਇਸ਼ੂ ਕਰ ਸਕਦੇ ਆ। ਜਿੰਨੇ ਜਿੱਥੋਂ ਮਰਜ਼ੀ ਕਿਸੇ ਵੀ ਅਥਾਰਟੀ ਤੋਂ ਸਰਟੀਫਿਕੇਟ ਲਿਆ ਹੋਵੇ ਆਪਣੀ ਇਸ ਪੜ੍ਹਾਈ ਦੇ ਵਿੱਚ ਉਹਦੇ ਸਰਟੀਫਿਕੇਟ ਦੀ ਕੋਈ ਵੈਲਿਊ ਨਹੀਂ ਹੈਗੀ, ਉਹ ਸਿਰਫ ਕਾਗਜ਼ ਦਾ ਟੁਕੜਾ ਆ ਜੇ ਆਪਾਂ ਨੂੰ ਕੁਛ ਨਹੀਂ ਆਉਂਦਾ। ਸਟੂਡੈਂਟ ਇੱਕ ਸਰਟੀਫਿਕੇਟ ਲੈਂਦਾ, ਸਾਲ ਦਾ ਕੋਰਸ ਕਰਦਾ, ਭਾਸ਼ਾ ਭਾਗ ਤੋਂ ਕਰ ਲੈਂਦਾ ਜਾਂ ਆਈ ਟੀ ਆਈ ਤੋਂ ਕਰਦਾ ਜਾਂ ਪਲੱਸ ਟੂ ਵੋਕੇਸ਼ਨਲ ਕਰ ਲੈਂਦਾ ਸਰਟੀਫਿਕੇਟ ਲੈ ਲੈਂਦਾ, ਉਸ ਤੋਂ ਬਾਅਦ ਜਦੋਂ ਉਹ 2 ਮਹੀਨੇ ਦਾ ਗੈਪ ਆਉਂਦਾ ਆ ਜਾਂ ਉਹਨੂੰ ਲੱਗਦਾ ਮੇਰਾ ਕੋਰਸ ਪੂਰਾ ਹੋ ਗਿਆ ਹੁਣ ਮੈਨੂੰ ਕੁਛ ਕਰਨ ਦੀ ਲੋੜ ਨਹੀਂ, ਜਦੋਂ ਉਹ ਗੈਪ ਆਉਂਦਾ ਆ ਉਹ ਸਾਰਾ ਕੁਛ ਭੁੱਲ ਜਾਂਦਾ, ਉਹਦੀ ਸਪੀਡ ਘੱਟ ਜਾਂਦੀ ਆ। ਜਦੋਂ ਸਪੀਡ ਘੱਟ ਗਈ ਹੁਣ ਸਰਟੀਫਿਕੇਟ ਉੱਤੇ ਲਿਖਿਆ ਆ 80 ਵਰਡ ਪਰ ਮਿੰਟ 100 ਵਰਡ ਪਰ ਮਿੰਟ, ਪਰ ਜਦੋਂ ਆਪਾਂ ਗੈਪ ਆ ਗਏ ਵਿੱਚੋਂ 6 ਮਹੀਨੇ ਦਾ ਜਾਂ ਸਰਟੀਫਿਕੇਟ ਲੈਣ ਤੋਂ ਬਾਅਦ ਆਪਾਂ ਛੱਡ ਹੀ ਚੁੱਕੇ ਹਾਂ, ਜਦੋਂ ਪੋਸਟ ਆਉਂਦੀ ਹੈ ਫਿਰ ਆਪਾਂ ਜਦੋਂ ਭੱਜਦੇ ਹਾਂ ਤਾਂ ਸਪੀਡ ਆਪਣੀ 0 ਹੋ ਚੁੱਕੀ ਹੁੰਦੀ ਆ। ਉਹ ਸਰਟੀਫਿਕੇਟ 'ਤੇ ਲਿਖੀ ਹੋਈ ਸਪੀਡ ਤੁਹਾਡੀ ਸਪੀਡ ਨਹੀਂ ਹੈਗੀ, ਜੋ ਤੁਹਾਡੀ ਹੈਗੀ ਐਕਚੁਅਲੀ ਤੁਹਾਡੀ ਸਪੀਡ ਉਹ ਆ, ਸਰਕਾਰ ਨੇ ਐਕਚੁਅਲ ਜੋ ਤੁਹਾਡੇ ਹੱਥਾਂ ਵਿੱਚ ਹੈਗੀ ਸਪੀਡ, ਤੁਹਾਡੇ ਹੱਥਾਂ ਵਿੱਚ ਲਿਖਣ ਦੀ ਅਤੇ ਟਾਈਪ ਕਰਨ ਦੀ ਹੈਗੀ ਆ, ਤੁਹਾਡੀ ਐਕਚੁਅਲ ਸਪੀਡ ਉਹੀ ਆ ਅਤੇ ਉਹੀ ਤੁਹਾਡਾ ਸਰਟੀਫਿਕੇਟ ਆ। ਕਿਸੇ ਵੀ ਪੋਸਟ ਵਿੱਚ ਅੱਜ ਤੱਕ ਨਾ ਤਾਂ ਕਿਤੇ ਮੈਂਸ਼ਨ ਕੀਤਾ ਵੀ ਸ਼ਾਰਟ ਹੈਂਡ ਦਾ ਸਰਟੀਫਿਕੇਟ ਨਾਲ ਸ਼ੋਅ ਕੀਤਾ ਜਾਵੇ। ਆਪਣੀ ਗ੍ਰੈਜੂਏਸ਼ਨ ਲਿਖੀ ਹੁੰਦੀ ਆ, ਪਲੱਸ ਟੂ ਜਿਹੜਾ ਆਪਣਾ ਕੰਪਿਊਟਰ ਬੇਸਿਕ ਦਾ ਸਰਟੀਫਿਕੇਟ ਇਹ ਗਵਰਨਮੈਂਟ ਨੇ ਮੰਗਿਆ ਹੁੰਦਾ, ਅਤੇ ਸਪੀਡ ਦੱਸੀ ਹੁੰਦੀ 80 ਵਰਡ ਪਰ ਮਿੰਟ ਦੇ ਵਿੱਚ ਪੇਪਰ ਦੇਣਾ ਜਾਂ 100 ਵਰਡ ਦੇਣਾ ਜਾਂ 120 ਵਰਡ ਦੇਣਾ, ਠੀਕ ਹੈ। ਇੱਦਾਂ ਸਰਕਾਰ ਨੇ ਮੈਂਸ਼ਨ ਕੀਤਾ ਹੁੰਦਾ, ਉਹਦੇ ਵਿੱਚ ਕਿਤੇ ਵੀ ਇਹ ਚੀਜ਼ ਮੈਂਸ਼ਨ ਕੀਤੀ ਹੁੰਦੀ ਭਾਸ਼ਾ ਭਾਗ ਦਾ ਸਰਟੀਫਿਕੇਟ ਜਾਂ ਆਈ ਟੀ ਆਈ ਦਾ ਸਰਟੀਫਿਕੇਟ ਜਾਂ ਵੋਕੇਸ਼ਨ ਦਾ ਸਰਟੀਫਿਕੇਟ ਸ਼ੋਅ ਕਰੋ ਜਾਂ ਆਪਣੇ ਸੈਂਟਰਾਂ ਦਾ ਸਰਟੀਫਿਕੇਟ ਸ਼ੋਅ ਕਰੋ, ਕਿਤੇ ਵੀ ਕੋਈ ਵੀ ਅਥਾਰਟੀ ਸਰਟੀਫਿਕੇਟ ਨਹੀਂ ਮੰਗਦੀ ਜਿਹੜਾ ਪੇਪਰ ਆਪਣਾ ਲੈ ਰਹੀ ਆ, ਭਾਵੇਂ ਇੰਗਲਿਸ਼ ਹੋਵੇ ਭਾਵੇਂ ਪੰਜਾਬੀ ਹੋਵੇ, ਤੁਹਾਡਾ ਸਕਿੱਲ ਦੇਖੀ ਜਾਣੀ ਹੈ, ਤੁਹਾਡੀ ਐਕਚੁਅਲ ਲਿਖਣ ਦੀ ਸ਼ੋਰਟ ਵਿੱਚ ਸਪੀਡ ਕਿੰਨੀ ਆ, ਤੁਹਾਡੀ ਟਾਈਪ ਕਰਨ ਦੀ ਸਪੀਡ ਕਿੰਨੀ ਹੈਗੀ, ਉਹ ਮੈਜ਼ਰਮੈਂਟ ਗਵਰਨਮੈਂਟ ਨੇ ਪੇਪਰ ਲੈ ਕੇ ਕਰ ਲੈਣੀ ਆ। ਜਿਸ ਦਿਨ ਸਰਟੀਫਿਕੇਟ ਗਵਰਨਮੈਂਟ ਨੇ ਮੰਗ ਲਏ ਵੀ ਆਹ ਸਰਟੀਫਿਕੇਟ ਸ਼ੋਅ ਕਰੋ, ਉਸ ਦਿਨ ਮੈਂ ਆਹ ਵੀਡੀਓ ਬਣਾਉਣੀਆਂ ਬੰਦ ਕਰ ਦੇਣੀਆਂ, ਕਿਉਂਕਿ ਸਰਟੀਫਿਕੇਟ ਜਲਦੀ ਬਣ ਲੱਗ ਪੈਣੇ ਆ। ਜਦੋਂ ਸਰਟੀਫਿਕੇਟਾਂ ਦੀ ਮੈਰਿਟ ਬਣ ਲੱਗ ਪਈ, ਸਰਟੀਫਿਕੇਟ ਦੀ ਮੈਰਿਟ ਬਣ ਹੀ ਨਹੀਂ ਸਕਦੀ ਪਹਿਲੀ ਗੱਲ ਤਾਂ, ਕਿਉਂਕਿ 80 ਵਰਡ ਅਤੇ 100 ਵਰਡ ਅਤੇ ਉਹਨਾਂ ਨੇ ਸਰਟੀਫਿਕੇਟ ਮੰਗਣਾ ਆ, ਉਹੀ ਸਰਟੀਫਿਕੇਟ ਬਣਦੇ ਆ, ਫਿਰ ਮੈਰਿਟ ਕਿਵੇਂ ਬਣੂਗੀ, ਕਿਉਂਕਿ ਸਾਰਿਆਂ ਦੇ ਸਰਟੀਫਿਕੇਟ ਫਿਕਸ ਹੀ ਹੋਣਗੇ ਨਾ, ਜਾਂ 80 ਦੇ ਸਰਟੀਫਿਕੇਟ ਬਣਿਆ ਹੋਊਗਾ ਜਾਂ 100 ਦਾ ਬਣਿਆ ਹੋਊਗਾ, ਫਿਰ ਉਹਦੀ ਮੈਰਿਟ ਕਿਵੇਂ ਬਣੂ, ਮੈਰਿਟ ਬਣ ਹੀ ਨਹੀਂ ਸਕਦੀ। ਮੈਰਿਟ ਬਣ ਨਹੀਂ ਹੁੰਦੀ ਗਲਤੀਆਂ ਦੀ, ਸਰਟੀਫਿਕੇਟ ਉੱਪਰ ਗਲਤੀਆਂ ਮੈਂਸ਼ਨ ਹੁੰਦੀਆਂ ਨਹੀਂ, ਉਹ ਤਾਂ 32 ਵਾਲਾ ਜਿਹੜਾ ਬੰਦਾ ਪਾਸ ਕਰਦਾ ਉਹਦਾ ਸਰਟੀਫਿਕੇਟ ਬਣ ਜਾਂਦਾ ਆ, ਜਿਹੜਾ 33 ਵਾਲਾ ਬਾਹਰ ਆਉਂਦਾ ਉਹਨੂੰ ਸਰਟੀਫਿਕੇਟ ਮਿਲ ਹੀ ਨਹੀਂ ਸਕਦਾ, ਘੱਟ ਵਾਲੇ ਦੀ ਗਲਤੀ ਨਹੀਂ ਮੈਂਸ਼ਨ ਕੀਤੀ ਹੁੰਦੀ ਸਰਟੀਫਿਕੇਟ 'ਤੇ, ਸਰਟੀਫਿਕੇਟ 'ਤੇ ਮੈਂਸ਼ਨ ਹੀ ਕੀਤਾ ਤੁਸੀਂ 80 ਨਾਲ ਪਾਸ ਕੀਤਾ, ਇਸ ਕਰਕੇ ਸਰਟੀਫਿਕੇਟ ਦੀ ਕੋਈ ਵੈਲਿਊ ਨਹੀਂ ਹੈਗੀ ਆਪਣੀ ਪੜ੍ਹਾਈ ਦੇ ਵਿੱਚ। ਤੁਹਾਡਾ ਫੋਕਸ ਸਿਰਫ ਆਪਦੀ ਸਪੀਡ ਵੱਲ, ਆਪਦੀ ਸਕਿੱਲ ਵੱਲ, ਆਪਦੇ ਵਰਡਿੰਗਸ ਵੱਲ, ਆਪਣੀ ਐਕੂਰੇਸੀ ਵਾਲੇ ਪਾਸੇ ਧਿਆਨ ਦੇਣਾ, ਜਿਹੜੀ ਮੈਰਿਟ ਬਣਨੀ ਉਹ ਗਲਤੀਆਂ ਦੀ ਬਣਨੀ ਹੁੰਦੀ ਆ, ਘੱਟ ਤੋਂ ਘੱਟ ਗਲਤੀਆਂ ਵਾਲੇ ਜੋਬ ਲੱਗਣਗੇ, ਉਹ ਤੁਸੀਂ ਆਪਦਾ ਕੈਲਕੂਲੇਟ ਕਰਨਾ, ਜਿਸ ਤਰ੍ਹਾਂ ਪੋਸਟਾਂ ਆਪਣੀਆਂ ਆਉਂਦੀਆਂ ਹੈਗੀਆਂ ਕਿੰਨੇ ਕੁ ਲੋਕ ਕਰਦੇ ਪਏ, ਉਹ ਤੁਹਾਨੂੰ ਵੇਖਣਾ ਪੈਣਾ ਵੀ ਕਿੰਨੇ ਕੁ ਲੋਕ ਸ਼ਾਰਟਕਟ ਕਰ ਰਹੇ ਆ। ਅਤੇ ਸਰਟੀਫਿਕੇਟ ਵਾਲਾ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਉਹ ਦਿਮਾਗ ਦੇ ਵਿੱਚੋਂ ਬਿਲਕੁਲ ਕੱਢ ਦਿਉ ਵੀ ਸਰਟੀਫਿਕੇਟ ਮੇਰੇ ਕੋਲ ਹੈ ਨਹੀਂ ਤਾਂ ਮੈਨੂੰ ਕੋਈ ਪ੍ਰੋਬਲਮ ਆਏਗੀ, ਤੁਹਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਏਗੀ। ਅਤੇ ਜੇ ਸਰਟੀਫਿਕੇਟ ਪਰ ਲੈਣਾ ਚਾਹੁੰਦੇ ਵੀ ਹੈਗੇ ਭਾਸ਼ਾ ਭਾਗ ਦੇ ਵਿੱਚ ਪੇਪਰ ਹੁੰਦਾ ਹੀ ਰਹਿੰਦਾ, ਸਾਲ ਵਿੱਚ 3 ਵਾਰੀ ਪੇਪਰ ਹੁੰਦੇ ਆ, ਤੁਹਾਡੇ ਭਾਸ਼ਾ ਭਾਗ ਜਿਹੜੇ ਜ਼ਿਲ੍ਹੇ ਵਿੱਚ ਤੁਸੀਂ ਹੈਗੇ ਹੋ ਪੇਪਰ ਦੇ ਸਕਦੇ ਹੋ, ਜਦੋਂ ਮਰਜ਼ੀ ਸਰਟੀਫਿਕੇਟ ਲੈ ਲਓ, 4-4 ਮਹੀਨਾ ਬਾਅਦ ਸਰਟੀਫਿਕੇਟ ਉਹ ਪੇਪਰ ਹੁੰਦਾ ਰਹਿੰਦਾ, ਪੇਪਰ ਜੇ ਸਪੀਡ ਬਣੀ ਹੋਈ 80 ਵਰਡ ਦੀ ਪੇਪਰ ਦੇ ਸਰਟੀਫਿਕੇਟ ਲੈ ਲਓ, 75 ਰੁਪਏ ਪਰ ਪੇਪਰ ਦੀ ਫੀਸ ਹੁੰਦੀ ਆ, 32 ਗਲਤੀ ਨਾਲ ਪੇਪਰ ਪਾਸ ਕਰਨਾ ਤੁਹਾਡੇ ਕੋਲ ਮਿਲ ਜਾਣਾ, ਕੋਈ ਵੱਡੀ ਗੱਲ ਹੈ ਹੀ ਨਹੀਂ ਕਿ ਤੁਹਾਡੇ ਨੇੜੇ ਵੀ ਕਿਸੇ ਵੀ ਤੁਹਾਡੀ ਸਪੀਡ ਬਣ ਚੁੱਕੀ ਆ, ਤੁਹਾਡੀ ਆਪਦੇ ਆਪ ਨੂੰ ਚੈੱਕ ਕਰ ਲਓ ਤੁਹਾਡੀ ਕਿੰਨੀ ਸਪੀਡ ਹੈਗੀ, ਕਿੰਨੀ ਤੁਹਾਡੀ ਟਾਈਪਿੰਗ ਸਪੀਡ ਹੈਗੀ ਆ, 400 ਵਰਡ ਦਾ ਪੈਰਾ ਤੁਸੀਂ 32 ਗਲਤੀਆਂ ਨਾਲ ਪੇਪਰ ਨੂੰ ਪਾਸ ਕਰ ਲਓ ਘਰੇ, ਉਹ ਤੋਂ ਬਾਅਦ ਭਾਸ਼ਾ ਭਾਗ ਦਾ ਪੇਪਰ ਹੁੰਦਾ ਆ ਉਹ ਅਪਲਾਈ ਕਰ ਦਿਓ, ਅਸੀਂ ਦੱਸਦੇ ਰਹਿੰਦੇ ਸਾਡੇ ਵਟਸਐਪ ਗਰੁੱਪ ਵਿੱਚ, ਅਸੀਂ ਜਦੋਂ ਵੀ ਪੇਪਰ ਆਉਂਦਾ ਆ ਅਸੀਂ ਫੋਰਮ ਵੀ ਸੈਂਡ ਕਰਦੇ ਹਾਂ, ਉਹਨੂੰ ਭਰਨ ਦਾ ਤਰੀਕਾ ਵੀ ਦੱਸਦੇ ਹਾਂ, ਉਹ ਭਰ ਕੇ ਉਹ ਜਮ੍ਹਾਂ ਕਰਵਾ ਦਿਓ ਡਿਪਾਰਟਮੈਂਟ ਦੇ ਵਿੱਚ ਭਾਸ਼ਾ ਭਾਗ ਦੇ ਵਿੱਚ, ਅਤੇ ਸਾਡੇ ਕੋਲ ਲੈ ਲਓ, ਉਹ ਕੋਈ ਬਹੁਤ ਛੋਟੀ
ਇਹ ਤਾਂ ਪਹਿਲਾਂ ਲੋਕ ਸਰਟੀਫਿਕੇਟ ਵਾਲੇ ਜੋਬ ਲੱਗ ਜਾਂਦੇ ਸੀਗੇ, ਮਿਹਨਤ ਵਾਲੇ ਬੰਦੇ ਰਹਿ ਜਾਂਦੇ ਸੀਗੇ। ਸ਼ਾਰਟ ਹੈਂਡ ਦੇ ਵਿੱਚ ਚੱਲੀ ਇਕੱਲੀ ਮਿਹਨਤ, ਸਰਟੀਫਿਕੇਟ ਦੀ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਉੱਥੇ ਵੀ ਸਿਫਾਰਿਸ਼ ਪਾ ਕੇ ਆਪਾਂ ਸਰਟੀਫਿਕੇਟ ਬਣਾ ਸਕਦੇ ਹਾਂ। ਸਾਡੇ ਕੋਲ ਕੋਈ ਡਾਇਰੈਕਟ ਬੰਦਾ ਆ ਜਾਊਗਾ ਸਰਟੀਫਿਕੇਟ ਨੂੰ ਇਸ਼ੂ ਕਰ ਦਾਂਗੇ, ਜਦੋਂ ਮਰਜ਼ੀ ਕਿਸੇ ਵੀ ਸੈਂਟਰ ਚਲੇ ਜਾਓ ਸਰਟੀਫਿਕੇਟ ਚਾਹੀਦਾ ਇਸ਼ੂ ਕਰ ਦੇਣਗੇ, ਪਰ ਜੇ ਤੁਹਾਨੂੰ ਕੁਛ ਨਹੀਂ ਆਉਂਦਾ ਜੋਬ ਨਹੀਂ ਮਿਲਣੀ। ਬਸ ਠੀਕ ਹੈ, ਅੱਜ ਵਾਸਤੇ ਇੰਨਾ ਹੀ। ਦਿਮਾਗ ਜਿਹੜੀ ਹੈਗੀ ਆ, ਕੌਨਸੈਂਟ ਹੈਗਾ ਤੁਹਾਡਾ, ਸਿਰਫ ਆਪਦੀ ਸਪੀਡ 'ਤੇ ਆਪਦੀ ਐਕੋਰੇਸੀ 'ਤੇ ਕਰਨਾ ਹੈ। ਸਰਟੀਫਿਕੇਟਾਂ ਵਾਲਾ ਕੋਰਸ ਨਹੀਂ ਹੈਗਾ, ਇਹ ਸਕਿੱਲ ਵਾਲਾ ਕੋਰਸ। ਠੀਕ ਹੈ ਜੀ, ਥੈਂਕ ਯੂ।